ਗਾਇਕ ਤੇ ਗੀਤਕਾਰ ਅਰਜਨ ਢਿੱਲੋਂ ਦੀ ਸ਼ਾਨਦਾਰ ਟ੍ਰਾਂਸਫਾਰਮੇਸ਼ਨ ਆਪਣੇ ਐਕਸਟਰਾ ਆਰਡੀਨਰੀ ਐਫਰਟ ਦੇ ਨਾਲ ਅਰਜਨ ਢਿੱਲੋਂ ਨੇ ਕੀਤਾ ਸਭ ਨੂੰ ਹੈਰਾਨ। ਸੋਸ਼ਲ ਮੀਡੀਆ ਉੱਤੇ ਰੀਸੈਂਟਲੀ ਅਰਜਨ ਢਿੱਲੋਂ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ। ਇਸ ਤਸਵੀਰਾਂ ਉੱਤੇ ਕਈ ਕਲਾਕਾਰਾਂ ਦੇ ਰਿਐਕਸ਼ਨ ਵੀ ਆ ਰਹੇ ਨੇ, ਜਿਸ ਕਰਕੇ ਅਸੀਂ ਇਹਨਾਂ ਤਸਵੀਰਾਂ ਉੱਤੇ ਇੱਕ ਵਾਰ ਫਿਰ ਤੋਂ ਗੌਰ ਮਾਰਿਆ ਕਿ ਇਹਨਾਂ ਤਸਵੀਰਾਂ ਦੀ ਫੀਡਬੈਕ ਤੇ ਇਸ ਬਾਰੇ ਹਰ ਪਾਸੇ ਗੱਲਬਾਤ ਹੋ ਰਹੀ ਹੈ। ਅਰਜਨ ਢਿੱਲੋਂ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਨੇ ਉਸ ਦੇ ਵਿੱਚ ਉਹਨਾਂ ਦੀ ਟ੍ਰਾਂਸਫਾਰਮੇਸ਼ਨ ਨਜ਼ਰ ਆ ਰਹੀ ਹੈ। ਸਿਕਸ ਪੈਕ ਐਬਸ ਨਜ਼ਰ ਆ ਰਹੇ ਨੇ ਤੇ ਸ਼ਾਨਦਾਰ ਮਸਕੂਲਰ ਬੋਡੀ ਅਰਜਨ ਢਿੱਲੋਂ ਨੇ ਬਣਾ ਲਈ ਹੈ, ਜਿਸ ਕਰਕੇ ਉਹਨਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਰਜਨ ਢਿੱਲੋਂ ਨੇ ਲਿਖਿਆ, ਅਰਜਨ ਵੈਲੀ ਹੈ, ਵਾਕਈ ਅਰਜਨ ਵੈਲੀ ਬਣ ਚੁੱਕਾ ਹੈ, ਇੱਕ ਨਵੀਂ ਮੰਜ਼ਿਲ ਵੱਲ ਵਧ ਗਿਆ। ਅਰਜਨ ਢਿੱਲੋਂ ਨੇ ਆਪਣੇ ਲਿਰਿਕਸ ਤੇ ਆਪਣੀ ਆਵਾਜ਼ ਦੇ ਨਾਲ ਤਾਂ ਹਰ ਕਿਸੇ ਨੂੰ ਦੀਵਾਨਾ ਬਣਾ ਹੀ ਦਿੱਤਾ। ਉਹਨਾਂ ਦੇ ਗਾਣਿਆਂ ਦੀ ਡਿਮਾਂਡ ਹਰ ਕੋਈ ਕਰਦਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਵੱਡਾ ਕਲਾਕਾਰ ਅਰਜਨ ਢਿੱਲੋਂ ਦੇ ਲਿਖੇ ਹੋਏ ਗਾਣੇ ਗਾਉਣਾ ਚਾਹੁੰਦਾ ਹੈ ਤੇ ਅਰਜਨ ਢਿੱਲੋਂ ਆਪਣੇ ਗੀਤ ਵੀ ਖੁਦ ਗਾਉਂਦੇ ਨੇ ਤੇ ਉਸਦੇ ਸਿੰਗਲ ਟਰੈਕ ਵੀ ਰਿਲੀਜ਼ ਕਰਦੇ ਨੇ। ਨਿਮਰਤ ਖਹਿਰਾ ਦੀ ਐਲਬਮ ਮੈਜੀਕਲ ਜੋ ਕਿ ਰਿਲੀਜ਼ ਹੋਈ ਹੈ ਉਸਦੇ ਗੀਤ ਵੀ ਅਰਜਨ ਢਿੱਲੋਂ ਨੇ ਹੀ ਲਿਖੇ ਨੇ। ਅਰਜਨ ਢਿੱਲੋਂ ਦੇ ਨਿਮਰਤ ਖਹਿਰਾ ਦੇ ਗੀਤ ਕੀ ਕਰਦੇ ਜੇ, ਫੋਟੋ, ਸ਼ਾਮਾਂ ਪਈਆਂ ਤੇ ਕਈ ਹੋਰ ਗਾਣੇ ਸੁਪਰ ਡੁਪਰ ਹਿੱਟ ਹੋਏ ਤੇ ਹੁਣ ਲੱਗਦਾ ਹੈ ਕਿ ਅਰਜਨ ਢਿੱਲੋਂ ਦਾ ਅਗਲਾ ਫੋਕਸ ਫਿਲਮਾਂ ਵੱਲ ਹੋ ਸਕਦਾ, ਜਿਸ ਕਰਕੇ ਉਹਨਾਂ ਨੇ ਸ਼ਾਨਦਾਰ ਬੋਡੀ ਬਣਾਈ ਹੈ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।